ਦੂਜੇ ਜਿਹੜੇ ਤੁਸੀਂ ਆ ਕੇ ਸਿੰਗਲ ਨਾਲ ਉਹ ਵੀ ਸਾਡੇ ਪ੍ਰੋਜੈਕਟ ਇਸੇ ਡੋਨਰ ਦਾ ਇਸੇ ਪ੍ਰੋਜੈਕਟ ਅਸਾਂ ਚਲਾਈ ਪਏ ਸਹੀ ਜਿੱਦਾਂ ਸਾਡੇ ਦੇ ਕੇ ਘਰਾਂ ਦੇ ਵਿੱਚ ਨਲ ਕੇ ਉਹਦਾ ਵੀ ਮਿਆਰ ਹੈ ਜਿਹੜਾ ਜਿਹੜੇ ਘਰ ਚੋਣ ਇੱਕ ਹਵੇਲੀ ਆਉਂਦੇ ਪੰਜ ਬਿਰਾਰਾਂ ਦੇ ਪੈਂਦੇ ਨਲਕੇ ਉਹਨਾਂ ਦੇ ਦੂਈ ਕਿਉਂਕਿ ਤਰਾਏ ਫੈਮਿਲੀਆਂ ਦੇ ਨਲਕੇ ਕਾਂਜੀ ਦੂ ਨਾਲ ਗੁਜ਼ਾਰਾ ਕਰਨ ਦੇ ਪੈਂਦਾ ਉਹ ਪਹਿਲਾਂ ਅਸਾਂ ਕੁਕੂ ਦੇਣੇ ਆ ਕਿ ਜਿਹੜਾ ਨਲਕਾ ਆਪਣਾ ਦੂਜੇ ਨੰਬਰ ਤੇ ਅਸਾਂ ਇਹ ਕਰੇ ਨੇ ਕਿ ਬੇਵਾ ਔਰਤ ਜਿਹਦੇ ਜ਼ੇਰੇ ਕਫਾਲਤ ਬੱਚੇ ਹੋਵੇ ਉਹ ਤੀਜੀ ਸਾਡੀ ਜਿਹੜੀ ਆਉਂਦੀ ਉਹ ਇਹ ਆਉਂਦੀ ਕਿ ਡਿਸੇਬਲ ਗੁਜ਼ਾਰ ਲਈ ਸਪੈਸ਼ਲ ਪਰਸਨ ਜਿਹੜੇ ਹੁੰਦੇ ਨੇ ਮਜ਼ਦੂਰ ਹੁੰਦੇ ਉਹਨਾਂ ਨੂੰ ਪਾਣੀ ਇਹ ਟਾਈਮ ਅਸਾਂ ਪਹੁੰਚ ਗਏ ਜੋਇਆਂ ਲਈ ਇਮਾਮ ਬਰਗਾਹ ਦੇ ਕੋਲ ਇੱਥਾਂ ਅਸਾਂ ਇਹ ਮਨਾਜ਼ਰ ਡਿੱਠਣ ਅਸਾਂਕੇ ਆਪਣੇ ਵੀਵਰਾਂ ਨਾਲ ਵੀ ਇਹ ਮਨਾਜ਼ਰ ਸ਼ੇਅਰ ਕਰੂੰ ਕਿਉਂਕਿ ਨਲਕੇ ਅਸਾਂ ਲੱਗੇ ਹੋਏ ਬਹੁ ਡਿੱਠਣ ਅੱਜ ਭਈ ਹੋਣੀ ਲਾਹਣ ਆਏ ਵਧਦੇ ਨੇ ਅਸਾਂਕੇ ਇਹਨਾਂ ਦੀ ਜ਼ਬਾਨ ਨਹੀਂ ਪੁੱਛਦੇ ਵੀ ਨਲਕੇ ਦੇਂਦਾ ਕੌਣ ਪੀਏ ਇਹਨੂੰ ਤਾਂ ਕਿਤਨਾ ਇੱਕ ਅਖਰਾਜਾਤ ਹੈ ਕਿਉਂਕਿ ਨਲਕਾ ਇਹ ਬਹੁ ਵੱਡਾ ਹੈ ਇੱਕ ਬੰਦੇ ਕੋਲੋਂ ਨਹੀਂ ਗਿੜ ਸਕਦਾ ਇੱਕ ਬੰਦਾ ਗਿਣੇਦਾ ਤਬੀਆ ਪਾਣੀ ਪੀਂਦਾ ਦੋ ਬੰਦੇ ਹੋਵਣ ਤਾਂ ਨਿਜ਼ਾਮ ਚੱਲਦਾ ਇਹਨਾਂ ਕੋਲ ਪੁੱਛਦੇ ਆ ਵਜ੍ਹਾ ਕਿਆ ਹੈ ਤਾਂ ਸਿੰਗਲ ਨਲਕਾ ਵੀ ਤਾਂ ਲੱਗ ਸਕਦਾ ਡਬਲ ਨਲਕੇ ਦੀ ਵਜੂਹਾਤ ਕਿਆ ਹੈ ਅਸਲਾਮ ਅਲੈਕੁਮ ਕਿਆ ਹਾਲ ਇਨ ਸਾਈ ਠੀਕ ਹੀ ਵੇ ਤਬੀ ਅਸੀਂ ਠੀਕ ਹੈ ਸਭ ਤੋਂ ਪਹਿਲੇ ਤੇ ਆਪਣਾ ਨਾਮ ਦੱਸਿਆ ਸੋਚੋ ਸਾਈ ਨਜ਼ੀਰ ਅਹਿਮਦ ਮੇਰਾ ਨਾਮ ਹੈ ਸੇ ਮੈਂ ਬਿਲਡ ਅਪ ਸਰਾਂ ਸੁਖ ਡਿਵੈਲਪਮੈਂਟ ਫਾਊਂਡੇਸ਼ਨ ਅੱਛਾ ਮਾਸ਼ਾਅੱਲਾ ਸਾਡਾ ਆਫਿਸ ਮੁਲਤਾਨ ਹੈ ਅੱਛਾ ਅਸੀਂ ਤਾਂ ਕੰਮ ਪੈਂ ਕਰਨ ਦੇ ਇਸ ਸਾਈ ਨਲਕੇ ਸਹੀ ਹੈ ਬਦੇ ਹੈਂਡ ਪੰਪ ਅੱਛਾ ਅੱਛਾ ਪਹਿਲੇ ਤੇ ਇਹ ਦੱਸਿਆ ਸੋਚਾ ਇਹਨੂੰ ਤਾਂ ਅਖਰਾਜਾਤ ਕਿਤਨਾ ਇਹ ਨਲਕੇ ਜਿਹੜਾ ਤਖਮੀਨਾ ਹੈ ਉਹ ਜਸਟ ਇੱਕ ਵਾਰ ਫਾਈਨਾਂਸ ਵਾਲੇ ਦੱਸ ਸਕਦਾ ਜੀ ਅੱਛਾ ਸਹੀ ਹੈ ਸਟਾਲ ਕਰਾਉਣਾ ਸਹੀ ਹੈ ਬਜਟ ਦੇ ਬਾਰੇ ਤਖਮੀਨਾ ਦੇ ਬਾਰੇ ਸਭ ਕੁਝ ਸਹੀ ਸਮਝੋ ਬੜੀ ਅੱਛੀ ਲੋਕੇਸ਼ਨ ਇਸ ਤਰ੍ਹਾਂ ਦੀ ਲੋਕੇਸ਼ਨ ਲੋਕਾਂ ਕੋ ਵੀ ਪਤਾ ਹੋਣਾ ਚਾਹੀਦਾ ਇਹ ਨਲਕੇ ਦੀ ਜਿਹੜਾ ਨਾ ਥੋੜਾ ਜਿਹਾ ਮਸਲੇ ਮਸਾਇਲੇ ਇੱਕ ਬੰਦਾ ਇਹ ਨਲਕੇ ਕੋ ਨਹੀਂ ਚਲਾ ਸਕਦਾ ਇੱਕ ਗਿਣੇਦਾ ਵੀ ਆ ਦੋ ਬੰਦੇ ਹੋਣ ਤਾਂ ਪਾਣੀ ਪੀ ਸਕਦੇ ਇਹਦਾ ਵੀ ਥੋੜਾ ਜਿਹਾ ਦੱਸਿਆ ਸੋਚਿਆ ਵੀ ਤੁਹਾਡੀ ਕੰਪਨੀ ਜੋ ਅੱਲਾ ਮੌਲਾ ਉਹਨਾਂ ਕੋ ਵਸਦਾ ਰੱਖੇ ਅੱਛਾ ਕੰਮ ਹੈ ਇਹ ਸਮਝੋ ਇਬਾਦਤ ਦਾ ਕੰਮ ਹੈ ਨੇਕੀ ਹੈ ਉਹਨਾਂ ਕੋ ਇਹ ਸੋਚਣਾ ਚਾਹੀਦਾ ਵੀ ਅਸਾਂ ਤਾਂ ਸਿੰਗਲ ਨਲਕੇ ਲਾ ਦਿਉ ਤਾਂ ਕਿ ਇੱਕ ਬੰਦਾ ਇਜ਼ੀਲੀ ਪਾਣੀ ਪੀ ਸਕੇ ਇਹ ਸਾਡੇ ਨਾਜ਼ਰੀਨ ਕੋ ਦੱਸਿਆ ਸੋਚਿਆ ਇਹਦੇ ਕਿਤੇ ਕਿ ਇਹ ਜਿਹੜਾ ਇਹ ਨਲਕੇ ਦਾ ਤੁਸਾਂ ਦੇ ਵੀ ਕਿਉਂ ਇੱਕ ਬੰਦਾ ਗੇੜ ਸੰਗਦੇ ਜੀ ਜੀ ਲਫ਼ਜ਼ ਪਹਿਲੇ ਵੀ ਨਾ ਇੱਕ ਕਮੈਨੋ ਮਾਨੇ ਕਮਿਊਨਿਟੀ ਜਿੱਤਾ ਜ਼ਿਆਦਾ ਲੋਕ ਹੋ ਸਹੀ ਹੈ ਤਾਂ ਸਾਹਿਬ ਦੇ ਜੀ ਮੈਂ ਹੁਣ ਇੱਥੇ ਦੇਖੋ ਕਿ ਮਜਲਿਸ ਆਜ਼ਾਦ ਦੀ ਪੇ ਤਾਂ ਕੋਈ ਇੱਕ ਲੋਕ ਤਾਂ ਜੀ ਜੀ ਬਿਲਕੁਲ ਬਿਲਕੁਲ ਪੀ ਕਿੰਦਾ ਸਹੀ ਹੈ ਦੂਜੇ ਜਿਹੜੇ ਤੁਸਾਂ ਆ ਕੇ ਸਿੰਗਲ ਨਲਕੇ ਉਹ ਵੀ ਸਾਡਾ ਇੱਕ ਪ੍ਰੋਜੈਕਟ ਇਸੇ ਡੋਨਰ ਦਾ ਇਸੇ ਪ੍ਰੋਜੈਕਟ ਅਸਾਂ ਚਲਾਈ ਪਏ ਸਹੀ ਹੈ ਜਿੱਦਾਂ ਸਾਡੇ ਦੇ ਕੇ ਘਰਾਂ ਦੇ ਵਿੱਚ ਨਲਕੇ ਸਹੀ ਕਾਜੀ ਲੋਕ ਸਹੀ ਉਹਦਾ ਵੀ ਇੱਕ ਮਿਆਰ ਹੈ ਕਿ ਜਿਹੜੇ ਘਰ ਚੋਣ ਇੱਕ ਹਵੇਲੀ ਆਉਂਦੇ ਪੰਜ ਬਿਰਾਰਾਂ ਦੇ ਪੈਂਦੇ ਨਲਕੇ ਉਹਨਾਂ ਦੇ ਦੂਈ ਕਿਉਂਕਿ ਤਰਾਏ ਫੈਮਿਲੀਆਂ ਦੇ ਨਲਕੇ ਕਾਂਜੀ ਦੂ ਨਾਲ ਗੁਜ਼ਾਰਾ ਕਰਨ ਦੇ ਪੈਂਦਾ ਉਹ ਪਹਿਲਾਂ ਅਸਾਂ ਕੁਕੂ ਦੇਣੇ ਆ ਕਿ ਜਿਹਦਾ ਨਲਕਾ ਆਪਣਾ ਦੂਜੇ ਨੰਬਰ ਤੇ ਅਸਾਂ ਇਹ ਕਰੇ ਨੇ ਕਿ ਬੇਵਾ ਔਰਤ ਜਿਹਦੇ ਜ਼ੇਰੇ ਕਫਾਲਤ ਬੱਚੇ ਹੋਵੇ ਉਹ ਤੀਜੀ ਸਾਡੀ ਜਿਹੜੀ ਆਉਂਦੀ ਉਹ ਇਹ ਆਉਂਦੀ ਕਿ ਡਿਸੇਬਲ ਗੁਜ਼ਾਰ ਲਈ ਸਪੈਸ਼ਲ ਪਰਸਨ ਜਿਹੜੇ ਹੁੰਦੇ ਨੇ ਮਜ਼ਦੂਰ ਹੁੰਦਾ ਉਹਨਾਂ ਦਾ ਪਾਣੀ ਦਾ ਇਹਦਾ ਮਕਸਦ ਮੈਂ ਕੋ ਮਿਲ ਸਕਦਾ ਮੈਂ ਵੀ ਅਧੂਰਾ ਬੰਦਾ
ਅੱਲਾ ਮੌਲਾ ਸੀ ਤਾਂ ਕੋਈ ਵਸਦਾ ਰੱਖੇ। ਔਰ ਵੈਸੇ ਜਿਹੜੇ ਗਰੀਬ ਲੋਕ ਨੇ ਤੇ ਤੁਹਾਨੂੰ ਲਈ ਮੈਂ ਮਜ਼ਾਕ ਕਰਨ ਦੇ ਖੜੇ, ਉਹ ਅਗਰ ਲਵਾਉਣਾ ਚਾਹਵਨ ਸਿੰਗਲ ਜਾਂ ਇਹ ਆਪਣੇ ਏਰੀਆ ਵਿੱਚ ਲਵਾਉਣਾ ਚਾਹੁੰਦੇ, ਇਹਦੇ ਵਾਸਤੇ ਕਿਆ ਤਰੀਕਾ ਕਰ? ਚਲੋ ਤਾਂ ਕਿ ਸਹੂਲਤ ਹੀ ਜੁਣੋ ਸੁਖ ਡਿਵੈਲਪਮੈਂਟ ਫਾਊਂਡੇਸ਼ਨ ਦੀ ਮੈਂਬਰੀ ਤਾਂ ਹਿੰਦ ਪਰ ਮੌਜੂਦ ਹੈ। ਅੱਛਾ, ਕਿਹੜੀ ਕਿਹੜੀ ਜਾਤ ਮੌਜੂਦ ਹੈ? ਮੌਜੂਦ ਹੀ ਮੈਂ ਕਿਹਾ ਤਾਂ ਫੀਲਡ ਦੇ ਵਿੱਚ ਵਧਿਆ ਹੈ ਤਾਂ ਲੋਕ ਨਿਸ਼ਾਨਦੇਹੀ ਕਰਨ ਨਾ ਸਮਝਣ, ਬਸ ਚੈੱਕ ਕਰਨ ਅਗਰ ਮਿਆਰ ਦੇ ਉੱਤੇ ਸਾਡੇ ਕ੍ਰਾਈਟੇਰੀਆ ਤੇ ਆ ਵੈਨਨ ਤਾਂ ਸਲਾਹ ਦੇਣ ਲਈ ਕੋਈ ਸਫਾਰਿਸ਼ ਨਹੀਂ ਚਾਹੀਏ। ਹੈਂਡ ਪੰਪ ਵੱਡੇ ਲਾ ਕੇ ਨਾ ਜਿਹੜੇ ਸਹੀ ਯਾਨੀ ਕਿ ਲੈਨੇ ਆਏ ਤੇ ਵਾਲਾ ਸਹੀ ਲਾ ਕੇ ਨੇ ਵਿਜ਼ਿਟ ਕਰ। ਸਹੀ ਹੈ, ਸਹੀ ਹੈ। ਵਿਜ਼ਿਟ ਤੋਂ ਮੁਰਾਦ ਇਹ ਜੋ ਦੇਖ ਗਿੰਨੇ ਆ ਕੱਚੇ ਕਿਤਨਾ ਹਨ, ਪੱਕੇ ਕਿਤਨਾ ਹਨ, ਕਿਹੜੇ ਹੱਕਦਾਰ ਹਨ, ਕਿਹੜੇ ਹੱਕਦਾਰ ਕੌਣ ਹੈ, ਮੈਰਿਟ ਦੇ ਦੇਵੇ। ਜੀ ਜੀ, ਮੈਰਿਟ ਕਮਿਊਨਿਟੀ ਵੀ ਅੱਛੀ ਹੋਣੀ ਚਾਹੀਦੀ। ਉਹਦੇ ਬਾਅਦ ਅਸਾਂ ਪਾਣੀ ਚੈੱਕ ਕਰੇ ਨੇ। ਅੱਛਾ, ਉਹ ਸਾਡੇ ਕੋਲ ਮੀਟਰ ਹੈ ਪਿਆ TDS ਮੀਟਰ, ਅਸੀਂ ਉਹਦੇ ਨਾਲ ਪਾਣੀ ਚੈੱਕ ਕਰੇ ਨੇ। ਪਾਣੀ ਚੈੱਕ ਕਰਨ ਦੇ ਬਾਅਦ ਅਸਾਂ ਇਹ ਨਿਕਲੇ ਨੇ। ਅੱਲਾ ਦੇ ਹੁਕਮ ਨਾਲ ਮਿਨਰਲ ਵਾਟਰ ਦੇ ਮੁਕਾਬਲੇ ਦਾ ਬੋਰ ਥੀ। ਚਲੋ ਠੀਕ ਹੈ ਸਰ, ਮਿਹਰਬਾਨੀ, ਥੈਂਕ ਯੂ ਸਾਕੋ ਆਪਣਾ ਕੀਮਤੀ ਟਾਈਮ ਦਿੱਤਾ ਵੇ। ਅਸੀਂ ਤਾਂ ਕੋਈ ਨਲਕਾ ਦਿਖਾਉਂਦੇ ਪਏ ਜੋਇਆਂ ਲਈ ਇਮਾਮ ਬਰਗਾਹ ਦੇ ਨਾਲ, ਬਿਲਕੁਲ ਲਾਇਆ ਹੀ ਨੇ ਇਹ ਨਲਕੇ ਦਾ। ਇਹ ਫਾਇਦਾ ਹੈ ਜੋ ਬਈ ਇਹ ਨਲਕੇ ਦਾ ਪਾਣੀ ਉਹਨਾਂ ਨਲਕਿਆਂ ਦੀ ਨਿਸਬਤ ਅੱਛਾ ਆਉਂਦਾ, ਸਾਫ਼ ਸੁਥਰਾ ਪਾਣੀ ਆਉਂਦਾ। ਔਰ ਇਹ ਖਾਡਾ ਬਦਵਾਏ ਨੇ, ਇਹ ਉੱਤੇ ਸਾਰਾ ਇਹਨਾਂ ਆਪਣੀ ਕੰਪਨੀ ਦਾ ਇਹ ਬੋਰਡ ਲਾਏ। ਇਸ ਤੋਂ ਬਾਅਦ ਅਗਰ ਕੋਈ ਵੀ ਮਸਲਾ ਹੋਵੇ ਸਾਡੀ ਟੀਮ ਵਿੱਚੋਂ, ਕਈ ਪੈਸੇ ਕੀ ਦਿਓ, ਮੈਂ ਕਈ ਕਿਸਮੀ ਕੰਪਲੇਂਟ ਕਰਨਾ ਚਾਹੋ ਤਾਂ ਨੰਬਰ ਮੌਜੂਦ ਹੈ। ਅਸਾਂ ਹਰ ਨਲਕੇ ਤੋਂ ਕੰਪਲੇਂਟ ਨੰਬਰ ਲਿਖਿਆ, ਕੋਈ ਇਹਦਾ ਮਸਲਾ ਮਸਾਇਲ ਹੈ ਤਾਂ ਅਸਾਂ ਸਾਡੀ ਬੋਰ ਤੋਂ ਗਿਣ ਕੇ ਖਾਡੇ ਤੱਕ ਤੁਹਾਡੀ ਜ਼ਿੰਮੇਵਾਰੀ ਹੈ। ਜੀ ਜੀ, ਆਖਰੀ ਤਸਵੀਰਾਂ ਤੱਕ ਸਹੀ ਚੀਜ਼ਾਂ ਇਹ ਹੁੰਦੀਆਂ ਕਿ ਜਿਵੇਂ ਹੁੰਦੇ ਕਿ ਮਕਸਦ ਹੈ ਮਾਮਲਾਤ ਮਿਸਤਰੀ ਹੈ ਤਾਂ ਜੀ ਬਿਲਕੁਲ ਆਪ ਨਾਲ ਕੱਢ ਕੇ ਕੰਮ ਆਪਣੇ, ਕਿਉਂਕਿ ਇਹਨਾਂ ਦਾ ਵੀ ਸ਼ੇਅਰ ਹੋਣਾ ਚਾਹੀਦਾ। ਜੀ ਜੀ ਬਿਲਕੁਲ ਬਿਲਕੁਲ, ਆਪ ਕਰਕੇ ਬਈ ਅਗਰ ਕੋਈ ਇਹ ਕੰਮ ਵਿੱਚ ਕਰਪਸ਼ਨ ਕਰਿੰਦਾ ਹੈ ਤਾਂ ਉਹਦੀ ਤੁਹਾਡੇ ਕੋਲ ਸ਼ਿਕਾਇਤ ਕਰਨੀ ਚਾਹੀਦੀ। ਨੰਬਰ ਖੜੇ, ਚਲੋ ਇਹ ਦਿਨ ਤੱਕ ਨੰਬਰ ਹੀ ਦਿਖਾਉਂਦੇ ਪਏ। ਅਗਰ ਕੋਈ ਤੁਹਾਡੇ ਕੋਲ ਕਈ ਕਿਸਮੀ ਕੋਈ ਪੈਸੇ ਦਾ ਮੁਤਾਲਬਾ ਕਰਿੰਦਾ ਬਈ ਖਾਦੇ ਵਾਸਤੇ ਪੈਸੇ ਦਿਓ, ਸੀਮਿੰਟ ਵਾਸਤੇ ਪੈਸੇ ਦਿਓ, ਉਹ ਇੱਕ ਤੁਹਾਡੀ ਮੁਹੱਬਤ ਹੈ ਉਹਨਾਂ ਦੀ, ਤੁਸੀਂ ਖਿਦਮਤ ਖਾਤਰ ਕਰਿੰਦੇ ਵੇ, ਉਹ ਇੱਕ ਤੁਹਾਡੀ ਆਪਣੀ ਮੁਹੱਬਤ ਹੈ, ਬਾਕੀ ਉਹ ਕਈ ਸ਼ਾਇਦ ਮੰਗਣ ਦੇ ਹੱਕਦਾਰ ਕੋਣੇ।